ਹੈਲੋ एवरीवन ਵੈਲਕਮ ਟੂ ਸ੍ਰੀ ਸ਼ੌਕਤ ਹੇਅਰ ਸਟਡੀ ਬਿਕਮਸ ਈਜ਼ੀ। ਤੁਹਾਪਲੇ ਕਾਹ ਇਜੇ ਥੋੜੀ ਲੇਕ ਨਵੀਂ ਉਹ ਸਭ ਤੋਂ ਵੱਡੀ ਖਬਰ ਜਿਹੜੀ ਇਸ ਟਾਈਮ ਆ ਰਹੀ ਹੈ ਜੋ ਅੱਜ ਦੇ ਖਬਰ ਦੇ ਵਿੱਚ ਵੀ ਆਈ ਹੈ ਤੇ ਜਿਹੜੀ ਕੱਲ ਮੀਟਿੰਗ ਹੋਈ ਹੈ ਪੰਜਾਬ ਸਰਕਾਰ ਦੀ ਉਹਦੇ ਵਿੱਚ ਇਹ ਜਿਹੜੀ ਨਿਊਜ਼ ਹੈ ਜੇ ਮੈਂ ਕਹਾਂ ਇਸ ਚੀਜ਼ ਨੂੰ ਜਿਹੜੀ ਉਹ ਮਨਜ਼ੂਰੀ ਮਿਲ ਗਈ ਹੈ ਤਾਂ ਕਿਹੜੀ ਚੀਜ਼ ਹੈ ਜਿਹੜੀ ਉਹ ਹੋਰ ਇਹ ਖਬਰ ਸਿੱਖਿਆ ਵਿਭਾਗ ਦਾ ਵੱਡਾ ਫੈਸਲਾ 5000 ਕਲਰਕਾਂ ਦੇ ਮਾਸਟਰ ਬਣਨ ਦਾ ਰਾ ਪਦਰਾ ਬਿਲਕੁਲ ਜੀ ਕਲਰਕ ਤੋਂ ਅਗਰ ਕਲਰਕ ਜਿਹੜੇ ਹੈਗੇ ਲੱਗੇ ਹੋਏ ਆ ਉਹਨਾਂ ਦੀ ਕੁਆਲੀਫਿਕੇਸ਼ਨ ਬੇਸ ਤੇ ਉਹਨਾਂ ਦੀ ਪ੍ਰ ਜਾ ਜਿਹੜੀ ਵੀ ਉਹਨਾਂ ਦੀ ਕੁਆਲੀਫਿਕੇਸ਼ਨ ਬੇਸਿਸ ਤੇ ਟੀਚਰ ਬਣਾਉਂਦਾ ਜਿਹੜਾ ਹੈਗਾ ਉਹਨਾਂ ਦਾ ਰਾਖਵੋਲ ਦਿੱਤਾ ਹੈ ਕਰੀਬ 5000 ਟੀਚਰਸ ਨੂੰ ਇਹ ਮੌਕਾ ਜਿਹੜਾ ਇੱਥੇ ਮਿਲੇਗਾ ਕੀ ਪੂਰੀ ਨਿਊਜ਼ ਹੈ ਕਿਸ ਤਰ੍ਹਾਂ ਮਿਲੇਗਾ ਹੈ ਪੂਰਾ ਮੌਕਾ ਉਹ ਸਾਰੀ ਗੱਲ ਐਥੇ ਕਰਦੇ ਹਾਂ ਹਾਂਜੀ ਇਹ ਹੈਗੀ ਪੂਰੀ ਨਿਊਜ਼ ਸਰਕਾਰੀ ਸਕੂਲਾਂ ਤੇ ਦਫ਼ਤਰਾਂ 'ਚ ਕੰਮ ਕਰਦੇ ਕਲਰਕਾਂ ਨੂੰ ਅਧਿਆਪਕ ਬਣਾਏ ਜਾਂਦਾ 1% ਦੀ ਰਾਖਵਾ ਕੋਟਾ ਬਹਾਲ ਕਰਨ ਦੇ ਸਿੱਖਿਆ ਵਿਭਾਗ ਦੇ ਫੈਸਲੇ ਨੂੰ ਇੱਥੇ ਜਿਹੜਾ ਇੱਕ 1% ਦੀ ਕੋਟਾ ਜਿਹੜਾ ਇੱਥੇ ਲਿਖਿਆ ਗਿਆ ਰੱਖਵਾ ਕੋਟਾ ਜੇ ਪਹਿਲਾਂ ਹੋਇਆ ਕਰਦਾ ਸੀ ਇੱਕ 1% ਦੀ ਰੱਖਵਾ ਕੋਟਾ ਹੁੰਦਾ ਸੀ ਕਲਰਕਾਂ ਦੇ ਕੋਲ ਕਿ ਜਿਹੜੇ ਕਲਰਕ ਜਿਹੜੀ ਕਲਰਕ ਦੀ ਪੋਸਟ ਤੇ ਹੈਗੇ ਆ ਅਗਰ ਉਹਨਾਂ ਦੀ ਕੁਆਲੀਫਿਕੇਸ਼ਨ ਹੈਗੀ ਹੈ ਬੀਐਡ ਹੈਗੀ ਹੈ ਜਾਂ ਬੀਏ ਬੀਐਡ ਕੀਤੀ ਹੋਈ ਹੈ ਜਾਂ ਈਟੀடி ਕੀਤੀ ਹੋਈ ਹੈ ਪਲੱਸ 2 ਦੇ ਨਾਲ ਤਾਂ ਇੱਕ 1% ਦੀ ਕੋਟਾ ਕਲਰਕ ਕੋਲ ਹੁੰਦਾ ਸੀਗਾ ਕਿ ਕਲਰਕ ਜਿਹੜੇ ਹੈਗੇ ਫਿਰ ਆਪਣੇ ਕੁਆਲੀਫਿਕੇਸ਼ਨ ਦੇ ਬਿਜਤੇ ਉਹ ਟੀਚਰ ਜਿਹੜੇ ਆ ਬਣ ਜਾਂਦੇ ਸੀ ਬਾਅਦ ਵਿੱਚ ਇਹ ਚੀਜ਼ ਜਿਹੜੀ ਖਤਮ ਕਰ ਦਿੱਤੀ ਗਈ ਸੀ ਲੇਕਿਨ ਕੱਲ ਦੀ ਮੀਟਿੰਗ ਦੇ ਵਿੱਚ 1% ਦੀ ਰੱਖਵਾ ਕੋਟਾ ਜਿਹ ਦੀ ਫੈਸਲੇ ਨੂੰ ਹੁਣ ਪੰਜਾਬ ਮੰਤਰੀ ਮੰਡਲ ਵੱਲੋਂ ਵੀ ਪ੍ਰਵਾਨਗੀ ਦੇਣ ਦਾ ਸਵਾਗਤ ਕਰਦੇ ਆਂ ਪੰਜਾਬ ਮਿਨਿਸਟਰੀਅਲ ਸਟਾਫ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਯਾਦਵਿੰਦਰ ਸਿੰਘ ਤਾਲੀਵਾਲ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਖੱਟੜਾ ਅਤੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਜਸਮੀਤ ਜਸਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਤਾਜ਼ਾ ਫੈਸਲੇ ਨਾਲ ਪਿਛਲੇ ਲੰਮੇ ਸਮੇਂ ਤੋਂ ਪਦੁਨਤੀ ਸਬੰਧੀ ਜੱਥੇਬੰਦੀ ਦੀ ਮੰਗ ਦੇ ਪੂਰਾ ਹੋਣ ਨਾਲ 5000 ਦੇ ਕਰੀਬ ਕਲਰਕ ਅਧਿਆਪਕ ਬਣ ਸਕਣਗੇ ਤੇ ਜਿਹੜੇ ਬੀਏ ਦੇ ਨਾਲ ਬੀਐਡ ਕੀਤੀ ਹੋਈ ਹੈ ਤਾਂ ਜਿਹੜਾ ਹੈ ਉੱਥੇ ਕਲਰਕ ਬਨ ਕਲਰਕ ਤੋਂ ਜੁੜਿਆ ਹੈ ਉਹ ਮਾਸਟਰ ਕੈਡਰ ਦੀ ਪੋਸਟਾਂ ਦੇ ਵਿੱਚ ਜਿਹੜਾ ਹੈ ਮਾਸਟਰ ਬਨ ਸਕਦਾ ਹੈ ਜਾਂ ਫਿਰ ਉਸਨੇ ਪਲੱਸ 2 ਦੇ ਨਾਲ-ਨਾਲ ਅਗਰ ਉਸਨੇ ਈਟੀਟੀ ਕੀਤੀ ਹੋਈ ਹੈ ਤਾਂ ਫਿਰ ਉਹ ਈਟੀਟੀ ਅਧਿਆਪਕ ਜਿਹੜਾ ਉਹ ਬਨ ਸਕਦਾ ਹੈ ਪਹਿਲਾਂ ਇਹ 1% ਜਿਹੜਾ ਕੋਟਾ ਜਿਹੜਾ ਸੀਗਾ ਉਹ ਖਤਮ ਕਰ ਦਿੱਤਾ ਗਿਆ ਸੀਗਾ ਪਰ ਹੁਣ ਦੁਬਾਰਾ ਤੋਂ ਇਸ ਨੂੰ ਬਹਾਲ ਕਰ ਦਿੱਤਾ ਗਿਆ ਉਸ ਦੇ ਨਾਲ ਕਰੀਬ 5000 ਜਿਹੜੇ ਕਲਰਕ ਇਦਾਂ ਦੇ ਹੈਗੇ ਆ ਜਿਹੜੇ ਹੁਣ ਅਧਿਆਪਕ ਬਨ ਸਕਣਗੇ ਉਹਨਾਂ ਨੇ ਕਿਹਾ ਸਿੱਖਿਆ ਮੰਤਰੀ ਦੇ ਵਿਜਿੰਦਰ ਸਿੰਘਲਾ ਦੇ ਨਿਰਦੇਸ਼ਾਂ ਨਿਰਦੇਸ਼ਾਂ ਤੇ ਸਿੱਖਿਆ ਕੱਦਰ શ્રી ਕ੍ਰਿਸ਼ਨ ਕੁਮਾਰ ਵੱਲੋਂ ਕਿਤੇ ਉਪਰਾਲੇ ਸਦਕਾ ਪਿਛਲੇ 1 ਅਧ학 ਕੇ ਤੋਂ ਤਰੱਕੀ ਦੇ ਲਾਭ ਤੋਂ ਵਾਂਝੇ ਚੱਲੇ ਆ ਰਹੇ ਮਾਸਟਰ ਕੈਡਰ ਦੀ ਯੋਗਤਾ ਰੱਖਦੇ ਕਲਰਕਾਂ ਨੂੰ ਇਹ ਇਨਸਾਫ ਮਿਲਿਆ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਕਲਰਕਾਂ ਨੂੰ ਇਨਸਾਫ ਮਿਲਿਆ ਕਿਉਂਕਿ ਉਹਨਾਂ ਦੀ ਅਗਰ ਕੁਆਲਿਫਿਕੇਸ਼ਨ ਹੈਗੀ ਹੈ ਤਾਂ ਉਹ ਜਿਹੜੇ ਹੈ ਅਧਿਆਪਕ ਬਣ ਸਕਦੇ ਹਨ ਤੇ ਇੱਕ 1% ਜਿਹੜਾ ਕੋਟਾ ਦੁਬਾਰਾ ਤੋਂ ਬਹਾਲ ਕਰ ਦਿੱਤਾ ਗਿਆ ਹੈ ਇਹ ਸੀਗੀ ਜੀ ਨਿਊਜ਼ ਜਿਹੜੀ ਤੁਹਾਨੂੰ ਨਾਲ ਸ਼ੇਅਰ ਕਰਨੀ ਸੀ ਕਿ ਹੁਣ 5000 ਦੇ ਕਰੀਬ ਜਿਹੜੇ ਕਲਰਕਾਂ ਉਹ ਅਧਿਆਪਕ ਬਣ ਸਕਦੇ ਹਨ ਉਹਨਾਂ ਦੀ ਕੁਆਲਿਫਿਕੇਸ਼ਨ ਦੇ ਅਕੋਰਡਿੰਗ ਇਹ ਸੀਗੀ ਕਮਿਸ਼ਨ ਜਿਹੜੀ ਆ ਪਹੁੰਚ ਸਕੇ ਤੇ ਨਾਲ ਹੀ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਜਿਸ ਨਾਲ ਤੁਹਾਨੂੰ ਨੋਟੀਫਿਕੇਸ਼ਨ ਜਿਹੜੀ ਆ ਤੁਹਾਡੀ ਉਹ ਔਨ ਹੋ ਜੇਗੀ ਜਿਵੇਂ ਤੁਸੀਂ ਬੈਲ ਆਈਕਨ ਤੇ ਕਲਿੱਕ ਕਰੋਗੇ ਉਸ ਤੋਂ ਬਾਅਦ 올 ਦਾ অপਸ਼ਨ ਆਏਗਾ ਉਸ ਤੇ ਕਲਿੱਕ ਕਰਨ ਨਾਲ ਤੁਹਾਡੀਆਂ ਸਾਰੀਆਂ ਹੀ ਨੋਟੀਫਿਕੇਸ਼ਨ ਜਿਹੜੀਆਂ ਔਨ ਹੋ ਜਾਣਗੀਆਂ ਜਿਸ ਨਾਲ ਤੁਹਾਨੂੰ ਲੇਟੈਸਟ ਇਨਫੋਰਮੇਸ਼ਨ ਜਿਹੜੀ ਆ ਤੁਹਾਡੇ ਤੱਕ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਪਹੁੰਚੇਗੀ ਤੁਸੀਂ ਮੈਨੂੰ ਫੇਸਬੁੱਕ ਤੋਂ ਵੀ ਫੋਲੋ ਕਰ ਸਕਦੇ ਹੋ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਏਗਾ ਥੈਂਕ ਯੂ